एक गां नूं ऐ तसीहे दे के मारिया इन्हें घट्टो घट्ट 2 किलोमीटर गां नूं ढूंगे लिआंदा सड़क दे उत्ते ऐ मैं ना गां फाटी पई छिली पई है सारी फिर उहदे सिर दे विच गोलियां मारियां तेरे लोक इस वेले की वड्डी खबर सामने आ रही है तरन तारण के नज़दीकी पिंड ढोटियां तो जित इलाके दे सरकारी डॉक्टर वालों आवारा गां नूं पहला ट्रैक्टर नाल बन के 2 किलोमीटर तक सीटिया गया ते बाद विच पिंड तो बाहर ले जा के उस दे मत्थे विच 2 गोलियां दाग दित्तियां गईयां। वड्डी खबर सामने आ रही है जिथे एक पढ़े लिखे इंसान वालों बेजुबान जानवर नाल इदां दी दरिंदगी कीती गई। इसकी आवाज़ सुन के नेड़े काम कर रहे शमशेर सिंह ने जब मौके पर जाके वेख्या तो आरोपी उतों भज गया लेकिन कुछ दूरी पर जाके शमशेर सिंह ने उसनु घेर लिया। अपनी पहचान जग जाहिर होने पर आरोपी वालों उस बंदे ते गोलियां भी चला दी गई। तो मैंने उन्होंने फोन पर कहा भी साढ़े रात मेरा लड़का जिहड़ा सीगा अहीं पैड़ी ठेके ते लई आ डुगरी पुल दे लागे तो उस ना मतलब रात को 10:30 बजे जंगबीर सिंह भोला डॉक्टर आ साडे इत्थे ढोटियां वैटरनी डॉक्टर है जी उहदा मैं पछोकड़ दसदा उहने मतलब उहदा डॉक्टर का पेशा आ भी जदों भी कदे फोन आउंदा पिंड तों उहने डॉक्टर ने रात नूं फोन ते डंगरां दी सेवा करनी जां उहनां नूं बचाउण दा काम उहनूं सरकार ने दित्ता जी ढोटियां जी उहदी ड्यूटी है जी ते उहने रात अपने ना ट्रैक्टर दे मगल इत्थे स्टेडियम लागे इक गऊ काले रंग दी चढ़दी सी उत्थों उहने ट्रैक्टर दे मगल पा के ते इहनूं मतलब 1.5 किलोमीटर धू के ते सूए दे लागे ना जी ਇਹ ਸ਼ਮਸ਼ੇਰ ਸਿੰਘ ਇਹ ਆਪਣੀ ਪੈੜੀ ਦਾ ਕੱਦੂ ਕਰਨ ਦਿਆ ਸੀ ਇੱਥੇ ਅਤੇ ਉੱਥੇ ਨਾ ਜਦੋਂ ਉਹਨੇ ਟਰੈਕਟਰ ਆਣ ਕੇ ਅਤੇ ਡੱਕਤਾ ਦੇ ਉਹਨੇ ਮਤਲਬ 2 ਫਾਇਰ ਸੁਣੇ ਆ ਅਤੇ ਉਹ ਮੁੜ ਕੇ ਆਣ ਕੇ ਮੌਕੇ 'ਤੇ ਆਣ ਕੇ ਗਿਆ ਅਤੇ ਉਹਨੇ ਜਦੋਂ ਪਛਾਣਿਆ ਅਤੇ ਉਹ ਟਰੈਕਟਰ ਭਜਾ ਕੇ ਅਤੇ ਫਾਇਰ ਕਰਕੇ ਅਤੇ ਗਊ ਨੂੰ ਮਾਰ ਕੇ ਅਤੇ ਚਲੇ ਗਿਆ ਜੀ ਅਤੇ ਉਹ ਮੁੜ ਕੇ ਜਦੋਂ ਭਜਦਾ ਤਾਂ ਇਹਨੇ ਸ਼ਮਸ਼ੇਰ ਸਿੰਘ ਨੇ ਜਿਹੜਾ ਵਾ ਇਹ ਆਪਣਾ ਮਗਰ ਮੋਟਰਸਾਈਕਲ ਲਾ ਕੇ ਅਤੇ ਉਹਦਾ ਪਿੱਛਾ ਕੀਤਾ ਜੀ ਅਤੇ ਪਿੱਛਾ ਕਰਦੇ ਕਰਦੇ ਜਦੋਂ 1 ਕਿਲੋਮੀਟਰ ਜਾ ਕੇ ਉਹਨੇ ਪਛਾਣ ਲਿਆ ਜੀ ਅਤੇ ਉਹਨੇ ਪਰਨਾ ਮੂੰਹ ਤੋਂ ਲਾ ਕੇ ਪਛਾਣ ਕੇ ਅਤੇ ਉਹਨੇ ਆਖਿਆ ਵੀ ਤੈਨੂੰ ਮੈਂ ਪਛਾਣ 'ਤੇ ਲਿਆ ਅਤੇ ਮੋਟਰਸਾਈਕਲ ਤੂੰ ਜੰਗ ਵੀਰ ਹੀ ਹਾਂ ਅਤੇ ਉਹਦੇ ਨਾਲ ਮੁੜ ਕੇ ਤੇਰਾ ਬਹਿਸਬਾਜ਼ੀ ਇਹਨੂੰ 2-3 ਦਿਨ ਪਸੇਟੇ ਮਾਰੇ ਅਤੇ ਇਹਨੂੰ ਮੁੜ ਕੇ ਇਹਦੇ 'ਤੇ ਵੀ 2 ਰੀਫਾਇਰਿੰਗ ਕੀਤੀ 2 ਫਾਇਰੇ 'ਤੇ ਵੀ ਕੀਤੇ ਆ ਜੀ ਅਤੇ ਅਸੀਂ ਤਾਂ ਸਰਕਾਰ ਕੋਲ ਇਹੋ ਮੰਗ ਕਰਦੇ ਹਾਂ ਵੀ ਜੇ ਮਤਲਬ ਇਹਨੇ ਘਿਨਾਉਣੀ ਘਟਨਾ ਕੀਤੀ ਆ ਜੀ ਗਊ ਹੱਤਿਆ ਕੀਤੀ ਗਊ ਮਾਤਾ ਦੀ ਹੱਤਿਆ ਕੀਤੀ ਆ ਇਹ 'ਤੇ ਅਸੀਂ ਇਹਨੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਇਹਨੂੰ ਜੋ ਇਹਦੇ 'ਤੇ ਧਾਰਾ ਬੰਦੀਆਂ ਉਹ ਲਾਈਆਂ ਜਾਣ ਅਤੇ ਇਹ ਗਾਂ ਤੋਂ ਲੋਕਾਂ ਨੂੰ ਸਬਕ ਹੋਵੇ ਵੀ ਇਹ ਸਾਡੀ ਜਿਹੜੀ ਗਊ ਮਾਤਾ ਇੱਥੇ ਮਤਲਬ ਹਫਾਜ਼ਤ ਵਾਸਤੇ ਜਾਂ ਕੋਈ ਮਤਲਬ ਇੱਥੇ ਫਿਰਦੀਆਂ ਵਾ ਗਊਆਂ ਅਤੇ ਸਰਕਾਰ ਜਦੋਂ ਸਾਡੇ ਕੋਲ ਐਕਸੈਸ ਵੀ ਲੈਂਦੀ ਆ ਅਤੇ ਅਸੀਂ ਸਰਕਾਰ ਕੋਲ ਵੀ ਮੰਗ ਕਰਦੇ ਵੀ ਜਦੋਂ ਜ਼ਿਮੀਂਦਾਰ ਜਾਂ ਕੋਈ ਮਤਲਬ ਇਹ ਗਊਆਂ ਨੂੰ ਆਪਣਾ ਦੁੱਧ ਪੀ ਕੇ ਉਹਨਾਂ ਕੋਲ ਬੱਚੇ ਲੈ ਕੇ ਜਦੋਂ ਇਹ ਬਜ਼ੁਰਗ ਹੋ ਜਾਂਦੀਆਂ ਉਹਨਾਂ ਨੂੰ ਇਹ ਘਰੋਂ ਕੱਢ ਦਿੰਦੇ ਆ ਅਤੇ ਅਸੀਂ ਇਹ ਵੀ ਆਉਂਦੇ ਹਾਂ ਵੀ ਇਹ ਜਿਹੜੇ ਗਊ ਮਾਤਾ ਦੀ ਸੰਭਾਲ ਵਾਸਤੇ ਵੀ ਸਰਕਾਰ ਇੱਥੇ ਆਣ ਕੇ ਤਾਂ ਬੰਦ ਹੋ ਗਿਆ। ਚਲੋ ਅਸੀਂ ਜਦੋਂ ਟਰੈਕਟਰ ਬੰਦ ਦੇਖਿਆ ਅਸੀਂ ਆਪਣਾ ਟਰੈਕਟਰ ਬੰਦ ਕਰਕੇ ਥੱਲੇ ਉਤਰਾਏ ਕਿ ਟਰੈਕਟਰ ਕਿਉਂ ਬੰਦ ਹੋਇਆ ਇੱਥੇ ਅਤੇ ਜਦੋਂ ਅਸੀਂ ਉਸੇ ਟਾਈਮ ਹੀ ਬਸ ਮੇਰੇ ਖਿਆਲ ਨਾਲ ਪਤਾ ਤਕਰੀਬਨ 1 ਮਿੰਟ ਦੇ ਵਿੱਚ ਵਿੱਚ 2 ਫਾਇਰ ਹੋਏ ਆ ਜਦੋਂ ਫਾਇਰਿੰਗ ਹੋਈ ਅਸੀਂ ਦੱਸਦਾ ਮੈਂ ਮੋਟਰਸਾਈਕਲ ਫੜ ਲਿਆ ਮੇਰੇ ਸੀਰੀ ਨੇ ਪਰੀ 'ਤੇ ਚੜ੍ਹ ਕੇ ਉੱਥੇ ਮੋਟਰ ਤੋਂ ਅਗਲੇ ਬੰਨੇ 'ਤੇ ਲਾਈਟ ਮਾਰੀ ਇਹਦੇ ਵੱਲੋਂ ਬੈਟਰੀ ਜਦੋਂ ਬੈਟਰੀ ਮਾਰੀ ਇਹਦੇ 'ਤੇ ਇਹਨੇ ਮੁੜ ਕੇ ਟਰੈਕਟਰ ਗਾਂ ਦੀਆਂ ਲੱਤਾਂ 'ਤੇ ਉੱਤੋਂ ਦੀ ਖਿੱਚਤਾ ਮੈਂ ਆਟੋਮੈਟਿਕ ਬਸ ਮੋੜ ਕੇ ਇਹਨੇ ਭਜਾਤਾ ਅਤੇ ਇਹਦੇ ਮਗਰੇ ਮੈਂ ਮੋਟਰਸਾਈਕਲ ਖਿੱਚਤਾ ਨਾਲ ਹੀ ਅਤੇ ਇੱਥੇ ਇਹਨੂੰ ਮੈਂ ਪਛਾਣਦੇ ਨੂੰ ਮੈਂ ਉੱਥੇ ਲਿਆ ਅਤੇ ਇਹਨੂੰ ਮੈਂ ਕਿਹਾ ਵੀ ਖੜ੍ਹ ਜਾ ਮਤਲਬ ਭੁੱਲਿਆ ਖੜ੍ਹ ਜਾ ਤੈਨੂੰ ਵੇਖ ਤਾਂ ਲਿਆ ਵਾ ਬੰਦਿਆਂ ਕੋਲ ਖੜ੍ਹ ਜਾ ਅਜੇ ਤਾਂ ਕੋਈ ਗੱਲਬਾਤ ਨਹੀਂ ਆਪਣੇ 'ਚ ਗੱਲ ਆ ਤਾਂ ਖੜ੍ਹ ਜਾ ਇਹਨੇ ਨਹੀਂ ਖੜ੍ਹਿਆ ਜੀ ਅਤੇ ਇਹ ਖਿੱਚੀ ਗਿਆ ਇਹਨੇ 2-3 ਵਾਰੀ ਮੇਰੇ ਟਰੈਕਟਰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਚਲੋ ਮੈਂ ਮੋਟਰਸਾਈਕਲ ਪਿੱਛੇ ਕਰ ਲੈਂਦਾ ਰਿਹਾ ਮੈਂ ਇਹਦੇ ਪਿੱਛੇ ਤੁਰਿਆ ਗਿਆ ਇਹਨੇ ਵਹੀਂ ਵਾਲੀ ਸੜਕ ਨੂੰ ਟਰੈਕਟਰ ਭਜਾ ਲਿਆ ਗਾ ਮੁੜ ਕੇ ਗਾੜੀ ਜਾ ਕੇ ਇਹਨੇ ਮੇਰੇ 'ਤੇ ਫਾਇਰਿੰਗ ਕੀਤੀ ਸਿੱਧੀਆਂ ਗੋਲੀਆਂ ਮਾਰੀਆਂ ਮੇਰੇ ਵਾਲੇ 2 ਮੈਂ ਫਿਰ ਟਰੈਕਟਰ ਮੋਟਰਸਾਈਕਲ ਚੱਕਣ ਵਾਲੇ ਸੁੱਟਤਾ ਹੈਗਾ ਕਿ ਚਲੋ ਆਪਣੀ ਜਾਨ ਬਚਾਉਣ ਦਾ ਚੱਕਰ ਮੁੜ ਕੇ ਉਦੋਂ ਇਹ ਫਿਰ ਗਾੜੀ ਵਹੀਂ ਪੀਣ ਨੂੰ ਨਿਕਲ ਗਿਆ ਹੈਗਾ ਵਾ ਅਤੇ ਫਿਰ ਅਗਲੇ ਦਿਨ ਇਹਨੇ ਮੁੜ ਕੇ ਬਾਅਦ 'ਚ ਅਸੀਂ ਇਹਨੂੰ ਜੋ ਵੀ ਬਣਦੀ ਕਾਰਵਾਈ ਅਸੀਂ ਅਗਲੇ ਦਿਨ ਉਸੇ ਟਾਈਮ ਕੀਤੀ ਮਾਮਲਾ ਹਾਂਜੀ ਕੰਪਲੇਂਟ ਦਿੱਤੀ ਹੋਈ ਆ ਪੋਸਟਮਾਰਟਮ ਹੋ ਰਿਹਾ ਐਫ ਆਰ ਆਈ ਕਰਵਾਈ ਹੈਗੀ ਆ ਅਤੇ ਬਾਕੀ ਹੁਣ ਦੇਖੋ ਜੋ ਪੋਸਟਮਾਰਟਮ ਬਣਦੀ ਕਾਰਵਾਈ ਅਸੀਂ ਚਾਹੁੰਦੇ ਹਾਂ ਕਿ ਵੀ ਪੁਲਿਸ ਜੋ ਬਣਦੀ ਕਾਰਵਾਈ ਹੈ ਅਤੇ ਸਖ਼ਤ ਤੋਂ ਸਖ਼ਤ ਕੀਤੀ ਜਾਵੇ ਕਿਉਂਕਿ ਇਹਨੇ ਬਹੁਤ ਜ਼ਿਆਦਾ ਕਾਨੂੰਨੀ ਹਰਕਤ ਕੀਤੀ ਹੈ ਕਿਉਂਕਿ ਗਾਂ ਨੂੰ ਐਂ ਤਸੀਹੇ ਦੇ ਕੇ ਮਾਰਿਆ ਇਹਨੇ ਘੱਟੋ ਘੱਟ 2 ਕਿਲੋਮੀਟਰ ਗਾਂ ਨੂੰ ਢੂੰਗੇ ਲਿਆਂਦਾ ਸੜਕ ਦੇ ਉੱਤੇ ਐਂ ਮੈਂ ਨਾ ਗਾਂ ਪਾਟੀ ਪਈ ਛਿੱਲੀ ਪਈ ਹੈ ਸਾਰੀ ਫਿਰ ਉਹਦੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ 2 ਇਹਨੇ ਆਣ ਕੇ ਫਿਰ 2 ਗੋਲੀਆਂ ਨੇ ਮੇਰੇ 'ਤੇ ਫਾਇਰ ਕੀਤੀਆਂ ਹੈਗੀਆਂ ਅਤੇ ਚਲੋ ਮੇਰੀ ਮਤਲਬ ਜਾਨ ਬਚ ਗਈ ਹੈਗੀ ਜੀ ਇਹ ਡਾਕਟਰ ਇੱਥੇ ਟੋਟੀਆਂ 'ਚ ਹੀ ਆ ਜੀ ਇਸ ਟਾਈਮ ਇੱਥੇ ਇਹਦੀ ਡਿਊਟੀ ਹੈਗੀ ਟੋਟੀ ਮਤਲਬ ਹਾਂਜੀ ਸਰਕਾਰੀ ਵਾਰਡ ਕੀਤਾ ਆ ਹਾਂਜੀ ਸਰਕਾਰੀ ਕੰਮ ਕੀਤਾ ਆ ਇਹ ਜੀ 10 ਤਰੀਕ ਨੂੰ ਦਰਖਾਸਤ ਦਿੱਤੀ ਹੈ ਜੀ ਸ਼ਮਸ਼ੇਰ ਸਿੰਘ ਸਾਨੂੰ ਅਮਰੀਕ ਸਿੰਘ ਟੋਟੀਆਂ ਜੀ ਇਹਨੇ ਦਰਖਾਸਤ ਦਿੱਤੀ ਹੈ ਕਿ ਸਾਡੇ ਲਾਗੇ ਪਿੰਡ ਇੱਕ ਵੈਟਨਰੀ ਡਾਕਟਰ ਭੋਲਾ ਜਗਬੀਰ ਸਿੰਘ ਨਾਂ ਉਹਨਾਂ ਦਾ
उन्हें रात गांड गोलियां मार के ते आने सारी सुट के भज गया इतों और मगर पिछा भी किया गया तो जो साढ़े को आई मौके पर आए तो गां उन्हें जो इतने मरी पई तेरा का मामला दर्ज कर दिता एफ आई आर 215 जी एक तो एक जगबीर सिंह डॉक्टर है रेकोला जी वैटनरी डॉक्टर है जी वो हाँ जी हाँ जी गां का पोस्टमार्टम करा रहे जी टीम लिया डॉक्टर की टीम आई है जी इस बार पोस्टमार्टम तो बाद पता लगना की कार्रवाई की जी जी ये दस मुताब कह रही है जी तफ्तीश दौरान दस जाएगा जी फायरिंग हाँ जी फायरिंग होगी नहीं।